ਵੇਲਾ ਆ ਗਿਆ ਜਾ ਕਿਸਾਨਾਂ ਦੇ ਸਿਸਟਮ ਦੇ ਹਲਕ ਜਫਾਨਾ ਖੇਤ ਤੇਰੇ ਕੋਣ ਨੂੰ ਆ ਗਏ ਜੋ ਤੂੰ ਪੱਧਰੇ ਕੀਤੇ ਐਂਟਰ ਨਾਲ ਖਿੱਚ ਲੈ ਜਾ ਤੱਕ ਦੀ ਤਿਆਰੀ ਤੇ ਚਾ ਪੈ ਗਿਆ ਸੀ। ਸੋ ਬਈ 26 ਤਰੀਕ ਅੱਜ 26 ਤੇ 27 ਉਹ ਇਤਿਹਾਸਿਕ ਦਿਨ ਆ ਜਿੱਦੇ ਸਾਰੇ ਨੌਜਵਾਨਾਂ ਨੂੰ ਅੱਜ ਅਸੀਂ ਬੇਨਤੀ ਕਰਦੇ ਹਾਂ ਵੀ ਤੁਰਪੋ ਹੁਣ ਅੱਜ ਘਰੇ ਬਹਿਣ ਦਾ ਵੇਲਾ ਨਹੀਂ ਜਿਹੜਾ ਆਪਾਂ ਸੰਘਰਸ਼ ਕਰ ਰਹੇ ਹਾਂ ਪਿਛਲੇ 3 ਮਹੀਨਿਆਂ ਤੋਂ 4 ਮਹੀਨਿਆਂ ਤੋਂ ਤੇ ਅੱਜ ਉਹ ਦਿਨ ਆ ਇਤਿਹਾਸਿਕ ਦਿਨ ਵੀ ਜਿਸ ਦਿਨ ਆਪਾਂ ਆਪਣੇ ਹੱਕ ਲੈਣ ਲਈ ਦਿੱਲੀ ਨੂੰ ਜਾਣਾ ਅਸੀਂ ਵੀ ਪਹੁੰਚ ਚੁੱਕੇ ਹਾਂ ਇੱਥੇ ਆਪਣਾ ਪਾਤਰਨਾ ਟੱਪ ਗਏ ਅਸੀਂ ਕਨੌਰੀ ਪਹੁੰਚਣ ਵਾਲੇ ਬਾਰਡਰ ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਤੁਰਪੋ ਹੁਣ ਉੱਠੋ ਤੇ ਜਿਹੜਾ ਆਪਣੇ ਹਲਕ 'ਚ ਬੂਠਾ ਦੇਣ ਦੀ ਸਾਜਿਸ਼ ਕੀਤੀ ਜਾ ਰਹੀ ਹੈ ਸੈਂਟਰ ਵੱਲੋਂ ਸੋ ਉਹਦੇ ਵਿਰੋਧ 'ਚ ਆਪਣੇ ਹੱਕ ਲੈਣ ਲਈ ਆਓ ਸਾਰੇ ਆਪਾਂ ਰਲ ਕੇ ਲੜਾਈ ਆ ਜਿਹੜੀ ਇਕੱਠੇ ਹੋ ਕੇ ਲੜੀਏ। ਹਾਂਜੀ ਬਾਈ ਬਸ ਆਹੀ ਕੁਛ ਮੈਂ ਕਹਿਣਾ ਬਸ ਇੰਨਾ ਯਾਦ ਰੱਖਿਓ ਜੇ ਅੱਜ ਨਾ ਇਹਨਾਂ ਘਰਾਂ 'ਚ ਬੈਠੇ ਰਹੇ ਤਾਂ ਬਸ ਤੁਸੀਂ ਭਰਾ ਹੋ ਸਾਡੇ ਸਤਿਕਾਰ ਆ ਤੁਹਾਡਾ ਬਹੁਤ ਪਰ ਚੇਤੇ ਰੱਖੋ ਗੱਲ ਨੂੰ ਕਿ ਫਿਰ ਆਉਣ ਵਾਲੇ ਟਾਈਮ ਜਦੋਂ ਸਾਡੇ ਜਵਾਕ ਪੁੱਛਿਆ ਕਰਨਗੇ ਨਾ ਵੀ ਯਾਰ ਉਦੋਂ ਜਦੋਂ ਆਏ ਆ ਬਿੱਲ ਪਾਸ ਹੋਏ ਸੀ ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਸੀ ਤੁਸੀਂ ਕਿੱਥੇ ਸੀ ਉਦੋਂ ਫਿਰ ਕਹਿ ਦਿਓ ਸ਼ਰਮ ਨਾਲ ਕਿ ਅਸੀਂ ਘਰੇ ਰਿਆਈਆਂ 'ਚ ਬੈਠੇ ਸੀ ਸੋ ਆਪਦਾ ਮਾਣ ਹੀ ਲਾਹਣ ਤਾਂ ਪਊਗਾ ਇਸ ਕਰਕੇ ਮਾਣ ਕਰਦੇ ਹਾਂ ਅਸੀਂ ਪੰਜਾਬੀ ਹੋਣ 'ਤੇ ਉਹਦੇ ਨਾਂ 'ਤੇ ਤੁਹਾਡੇ ਨੇ ਸਾਰਿਆਂ 'ਤੇ ਆ ਜਾਓ ਯਾਰ ਘਰਾਂ 'ਚੋਂ ਨਿਕਲੋ 26 ਤਰੀਕ ਹੈ ਇਤਿਹਾਸਕ ਦਿਨ ਆਏ ਸਾਰਿਆਂ ਲਈ ਤਾਂ ਅੱਜ ਸਾਰਿਆਂ ਨੂੰ ਚਾਅ ਹੈ ਸੰਘਰਸ਼ ਜ਼ਰੂਰ ਲੜ ਰਹੇ ਹਾਂ ਪਰ ਇਹ ਉਹ ਕੌਮ ਹੈ ਕਿ ਜਿਹੜੀ ਸੰਘਰਸ਼ ਵੀ ਚਾਅ ਨਾਲ ਅਤੇ ਦਲੇਰੀ ਨਾਲ ਲੜਦੀ ਹੈ ਸੋ ਆ ਜਾਓ ਮੇਰੇ ਭਰਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਤੁਹਾਡਾ ਸਾਰਿਆਂ ਦਾ ਆਓ ਰਲ ਮਿਲ ਕੇ ਸਾਡੇ ਬਜ਼ੁਰਗਾਂ ਦਾ ਸਾਡੇ ਪੰਜਾਬ ਦਾ ਮਾਣ ਵਧਾਈਏ ਬੋਲਾਂ ਤੋਂ ਬੋਲ ਬਾਕੀ ਜਿਹੜੇ ਵੀ ਇਹ ਨਹੀਂ ਕਿ ਤੁਸੀਂ ਖਨੌਰੀ ਪਹੁੰਚਣਾ ਤੁਹਾਨੂੰ ਜਿਹੜਾ ਵੀ ਹਰਿਆਣੇ ਦਾ ਬਾਰਡਰ ਨੇੜੇ ਲੱਗਦਾ ਸਾਰੇ ਬਾਰਡਰਾਂ ਤੇ ਪੂਰਾ ਸੰਗਤ ਪਹੁੰਚੀ ਆ ਸਾਰਿਆਂ ਤੇ ਉੱਥੇ ਧਰਨੇ ਆ ਆਪਦੇ ਆਪਦੇ ਨੇੜੇ ਜਿਹੜਾ ਵੀ ਪੰਜਾਬ ਹਰਿਆਣੇ ਦਾ ਬਾਰਡਰ ਆ ਉੱਥੇ ਪਹੁੰਚੋ ਤੇ ਪਹੁੰਚੋ ਜ਼ਰੂਰ ਕਿਉਂਕਿ ਇਹ ਉਹ ਲੜਾਈ ਆ ਜਿਵੇਂ ਵੀਰਾ ਕਹਿੰਦਾ ਹੁੰਦਾ ਕਿ ਜੀਤ ਦਾ ਆਖਰੀ ਅੰਤਰ ਹੈ ਤੇ ਜੇ ਇਹ ਖਤਮ ਹੋ ਗਿਆ ਫਿਰ ਪੰਜਾਬ ਹਾਰ ਜੂ ਜੇ ਇਹ ਲੜਾਈ ਜਿੱਤ ਗਏ ਫਿਰ ਅਗਲੀਆਂ ਲੜਾਈਆਂ ਜਿਹੜੀਆਂ ਸਾਡੇ ਹੋਰ ਮਸਲੇ ਉਹ ਵੀ ਜਿੱਤ ਲਾਂਗੇ ਸੋ ਇੰਨੀ ਕੁ ਬੇਨਤੀ ਹੈ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ।